ਪੰਜਾਬ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਉਹਨਾਂ ਦੇ ਦਿਲ ਵਿੱਚ ਰੋਸ ਸੀ ਪਿਛਲੀਆਂ ਸਰਕਾਰਾਂ ਪ੍ਰਤੀ ਉਹ ਬਦਲਾਅ ਉਹਨਾਂ ਨੇ ਲਿਆਂਦਾ ਇਹ ਮੁਬਾਰਕਬਾਦ ਉਹਨਾਂ ਨੂੰ ਜਾਂਦੀ ਆ ਤੇ ਉਹਨਾਂ ਨੇ ਆਪ ਪਾਰਟੀ ਤੇ ਸਾਡੇ ਹੋਣ ਵਾਲੇ ਸੀਐਮ ਸਾਹਿਬ ਭਗਵੰਤ ਮਾਨ ਜੀ ਤੇ ਉਹਨਾਂ ਦੀ ਸਾਰੀ ਟੀਮ ਤੇ ਕੇਜਰੀਵਾਲ ਜੀ ਤੇ ਯਕੀਨ ਕੀਤਾ ਆ ਤੇ ਜ਼ਰੂਰ ਬਦਲਾਅ ਆਏਗਾ ਕਿਉਂਕਿ ਪਹਿਲਾਂ ਰਵਾਇਤੀ ਪਾਰਟੀਆਂ ਸੀ ਉਹਨਾਂ ਦੀਆਂ ਬਹੁਤ ਸਾਰੀਆਂ ਪਾਲਿਸੀਜ਼ ਇੱਕ ਦੂਜੇ ਨਾਲ ਰਲਦੀਆਂ ਮਿਲਦੀਆਂ ਸੀ ਇਹ ਬਿਲਕੁਲ ਨਵੀਂ ਸੋਚ ਵਾਲੇ ਲੋਕ ਨੇ ਸੋ ਅਸੀਂ ਬਹੁਤ ਆਸ ਰੱਖਦੇ ਹਾਂ ਕਿ ਸਾਡਾ ਪੰਜਾਬ ਫਿਰ ਤੋਂ ਬੁਲੰਦੀਆਂ ਨੂੰ ਛੂਏਗਾ ਬੇਰੁਜ਼ਗਾਰੀ ਦੂਰ ਹੋਏਗੀ ਨਸ਼ਿਆਂ ਦਾ ਖਾਤਮਾ ਹੋਏਗਾ ਅਤੇ ਸਾਡੇ ਨੌਜਵਾਨ ਜਿਹੜੇ ਆ ਉਹ ਖੇਡਾਂ ਵਾਲੇ ਪਾਸੇ ਸਾਡਾ ਹੈਲਥ ਸਿਸਟਮ ਸਾਡਾ ਵਿੱਦਿਅਕ ਸਿਸਟਮ ਉਹ ਸਾਰਾ ਠੀਕ ਹੋਏਗਾ ਸੋ ਇਕੱਲਾ ਸਾਨੂੰ ਜਿਹੜੀ ਨਵੀਂ ਸਰਕਾਰ ਆ ਉਹਦੇ 'ਤੇ ਸਾਰੀਆਂ ਜ਼ਿੰਮੇਵਾਰੀਆਂ ਨਹੀਂ ਸੁੱਟਣੀਆਂ ਚਾਹੀਦੀਆਂ ਸਾਨੂੰ ਹਰੇਕ ਪੰਜਾਬੀ ਨੂੰ ਆਸਵੰਦ ਹੋਣਾ ਚਾਹੀਦਾ ਕਈ ਵਾਰੀ ਅਸੀਂ ਇੱਦਾਂ ਕੁਐਸਚਨ ਕਰਦੇ ਹਾਂ ਕਿ ਜੀ ਹੋ ਜਾਏਗਾ ਇਹ ਰੰਗਲਾ ਪੰਜਾਬ ਬਣ ਜਾਏਗਾ ਸਾਨੂੰ ਅੱਜ ਇਹੋ ਜਿਹਾ ਸਮਾਂ ਆ ਕਿਉਂਕਿ ਸਮਾਂ ਉਹਨਾਂ ਨੂੰ ਦੇਣਾ ਚਾਹੀਦਾ ਸਾਨੂੰ ਪਹਿਲਾਂ ਇਹ ਦਿਲ 'ਚ ਆਸ ਰੱਖਣੀ ਚਾਹੀਦੀ ਕਿਉਂਕਿ ਅਸੀਂ ਸਾਰੇ ਹੀ ਚਾਹੁੰਦੇ ਹਾਂ ਪੰਜਾਬ ਮੁੜ ਕੇ ਰੰਗਲਾ ਬਣੇ ਸੋ ਉਹਨਾਂ ਨੂੰ ਸਮਾਂ ਦੇਈਏ ਅਸੀਂ ਤਾਂ ਕਿ ਉਹ ਆਪਣੇ ਆਪ ਨੂੰ ਪ੍ਰੂਵ ਕਰ ਸਕਣ ਬਹੁਤ ਬਹੁਤ ਤੁਸੀਂ ਪੰਜਾਬੀ ਵਿਰਸਾ ਚੰਗੀ ਤਰ੍ਹਾਂ ਪ੍ਰਮੋਟ ਕਰਦੇ ਬਾਹਰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸੀ ਪਹਿਲਾਂ ਵਾਲੇ ਪੰਜਾਬ ਵਰਗੇ ਨਹੀਂ ਸੀ ਹੱਥੋਂ ਨਿਕਲਦੇ ਜਾ ਰਹੇ ਸੀ ਚਾਹੇ ਨਸ਼ੇ ਦੀ ਗੱਲ ਹੋਵੇ ਬੇਰੁਜ਼ਗਾਰੀ ਦੀ ਗੱਲ ਹੋਵੇ ਜਾਂ ਹੋਰ ਹੋਵੇ ਹਾਂਜੀ ਬਿਲਕੁਲ ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹੀ ਆ ਹੱਥੋਂ ਨਿਕਲਦੇ ਜਾ ਰਹੇ ਸੀ ਜਿਹੜੀ ਸਾਡੇ ਬਜ਼ੁਰਗਾਂ ਦੀ ਸੋਚ ਸੀਗੀ ਜਿਹੜੀ ਗੁਰੂਆਂ ਪੀਰਾਂ ਨੇ ਪੰਜਾਬ ਸਿਰਜਿਆ ਸੀ ਉਹ ਉਹਨਾਂ ਦੀਆਂ ਗੱਲਾਂ ਤੋਂ ਪਾਸੇ ਨੂੰ ਜਾ ਰਿਹਾ ਸੀ ਅਤੇ ਉਹਦੇ ਵਿੱਚ ਸਰਕਾਰਾਂ ਦਾ ਬਹੁਤ ਵੱਡਾ ਰੋਲ ਸੀ ਆਪਾਂ ਇੱਕ ਜੇ ਛੋਟੀ ਜਿਹੀ ਐਗਜ਼ਾਮਪਲ ਦਈਏ ਜਿੱਦਾਂ ਪੰਜਾਬੀ ਜ਼ਬਾਨ ਆ ਉਹਨੂੰ ਉਹ ਪਿੱਛੇ ਜਾ ਰਹੀ ਆ ਦਿਨ ਪਰ ਦਿਨ ਹੈ ਨਾ ਮੇਰੇ ਨਾਲ ਦੀਪਕ ਵਾਲੀ ਜੀ ਉੱਧਰ ਚਲੇ ਗਏ ਅੱਛਾ ਅਸੀਂ ਪੰਜਾਬੀ ਲਈ ਜਿੱਦਾਂ ਮਾਰਚ ਵੀ ਕੱਢਦੇ ਹੁੰਦੇ ਸੀ ਗਾਣੇ ਵੀ ਅਸੀਂ ਗਾਏ ਲੋਕਾਂ ਨੂੰ ਜਾਗਰੂਕ ਵੀ ਕੀਤਾ ਪਰ ਜਦੋਂ ਤੱਕ ਸਰਕਾਰੀ ਸਰਪ੍ਰਸਤੀ ਨਾ ਹੋਵੇ ਤੁਸੀਂ ਉਹ ਚੀਜ਼ ਲਾਗੂ ਨਹੀਂ ਕਰ ਸਕਦੇ ਜਿਹੜੇ ਆਰਟਿਸਟ ਹੁੰਦਾ ਇੱਕ ਜਾਂ ਸਮਾਜ ਸੇਵੀ ਲੋਕ ਹੁੰਦੇ ਆ ਉਹ ਲੋਕਾਂ ਨੂੰ ਸੇਧ ਦੇ ਸਕਦੇ ਆ ਇੱਕ ਹੋਕਾ ਦੇ ਸਕਦੇ ਆ ਪਰ ਉਹ ਲਾਗੂ ਨਹੀਂ ਕਰ ਸਕਦੇ ਲਾਗੂ ਕਰਨ ਦੀ ਜਿਹੜੀ ਸ਼ਕਤੀ ਆ ਉਹ ਸਰਕਾਰ ਕੋਲ ਹੁੰਦੀ ਆ ਸੋ ਸਰਕਾਰਾਂ ਵੇਸਲੀਆਂ ਸੀ ਪੰਜਾਬੀ ਜ਼ਬਾਨ ਪ੍ਰਤੀ ਅਤੇ ਇਸੇ ਕਰਕੇ ਸਾਡੀ ਪੰਜਾਬੀ ਜ਼ਬਾਨ ਥੱਲੇ ਤੋਂ ਥੱਲੇ ਜਾਏਗੀ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਇਸੇ ਤਰ੍ਹਾਂ ਹਰੇਕ ਪਾਸੇ ਚਾਹੇ ਫਿਰ ਰੇਤੇ ਵਾਲੇ ਪਾਸੇ ਚਲ ਜਾਓ ਚਾਹੇ ਪੁਲਿਸ ਦੇ ਸਿਸਟਮ ਵਾਲੇ ਪਾਸੇ ਚਲ ਜਾਓ ਚਾਹੇ ਕਚਹਿਰੀਆਂ ਬਾਰੇ ਜਿਵੇਂ ਜਦੋਂ ਭਗਵੰਤ ਮਾਨ ਜੀ ਨੇ ਪਹਿਲੀ ਸਪੀਚ ਕੀਤੀ ਉਹਨਾਂ ਨੇ ਕਚਹਿਰੀਆਂ ਦਾ ਵਰਣਨ ਕੀਤਾ ਸੀ ਉਹਨਾਂ ਦਾ ਬੜਾ ਉਹ ਮਨ ਨੂੰ ਛੂਹ ਜਾਣ ਵਾਲਾ ਸੀ ਕਿ ਬੁੜਿਆ ਮੂੰਹ ਕਿੱਧਰ ਚੁੱਕਿਆ ਹੋਇਆ ਉਹ ਸਾਡੇ ਉਹ ਬਜ਼ੁਰਗ ਨੇ ਜਿਹੜੇ ਸਾਡੇ ਗੁਰੂਆਂ ਦੀ ਪੀਰਾਂ ਦੀ ਜਗ੍ਹਾ ਨੇ ਸਾਡੇ ਵੱਡੇ ਨੇ ਅਤੇ ਜਿਹਨਾਂ ਨੂੰ ਦੇਖ ਕੇ ਅਸੀਂ ਅੱਗੇ ਪੰਜਾਬ ਸਿਰਜਣਾ ਆ ਜੇ ਉਹਨਾਂ ਦਾ ਇੰਨਾ ਸਤਿਕਾਰ ਹੁੰਦਾ ਹੋਵੇ ਜਿੱਥੇ ਬਜ਼ੁਰਗਾਂ ਦਾ ਸਤਿਕਾਰ ਨਾ ਹੋਵੇ ਉੱਥੇ ਕਿਵੇਂ ਉਹ ਆਪਾਂ ਵਧੀਆ ਚੀਜ਼ ਕਰ ਸਕਦੇ ਹਾਂ ਸੋ ਬਿਲਕੁਲ ਤੁਸੀਂ ਸਹੀ ਕਿਹਾ ਸਾਰੇ ਲੋਕਾਂ ਨੇ ਬਦਲਾਏ ਇਸ ਕਰਕੇ ਲਿਆਂਦਾ 90-92 ਸੀਟਾਂ ਜਿਹੜੀਆਂ 92 ਸੀਟਾਂ ਆਈਆਂ ਇੰਨਾ ਥੋੜ੍ਹਾ ਕਦੇ ਹੋ ਸਕਦਾ ਸੀ ਲੋਕਾਂ ਨੇ ਬਦਲਾਅ ਲਿਆਂਦਾ ਇਸ ਕਰਕੇ ਆ ਕਿ ਉਹਨਾਂ ਦੇ ਹੱਥ ਖੜੇ ਹੋ ਗਏ ਸੀ ਹੁਣ ਉਹਨਾਂ ਦੇ ਕੰਟਰੋਲ 'ਚ ਨਹੀਂ ਰਿਹਾ ਸੀ ਕੁਛ ਵੀ ਅਤੇ ਹਾਂਜੀ ਆਰਟਿਸਟ ਗੈਲਰੀ 'ਚ ਆਉਂਦੇ ਨੇ ਪਰਸਾਂ ਦੇ ਲਈ ਵੀ ਕੋਈ ਵੱਖਰੀ ਪੰਜਾਬ ਦੀ ਇਸ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਵੀ ਕੋਈ ਵੱਖਰਾ ਸਟੈਪ ਚੱਕਿਆ ਜਾਊਗਾ ਨਹੀਂ ਕੋਈ ਨਹੀਂ ਹਰੇਕ ਸਾਰਿਆਂ ਦੇ ਲਈ ਸਾਂਝਾ ਹੀ ਚੱਕਿਆ ਜਾਊਗਾ ਜਿਹੜੇ ਸਾਡੀ ਉਹਨਾਂ ਦੇ ਨਾਲ ਇੱਕ ਪਰਿਵਾਰਕ ਸਾਂਝ ਆ ਪਿਛਲੇ 30 ਸਾਲ ਦੀ ਸੋ ਇਸ ਕਰਕੇ ਜਦੋਂ ਅਸੀਂ ਅਨਮੈਰਿਡ ਸੀਗੇ ਅਜੇ ਕਾਲਜਾਂ 'ਚ ਪੜ੍ਹਦੇ ਸੀ ਉਦੋਂ ਤੋਂ ਅਸੀਂ ਗਾਉਣ ਲੱਗੇ ਹਾਂ ਉਦੋਂ ਤੋਂ ਉਹਨਾਂ ਦੀਆਂ ਕੈਸਟਾਂ ਆ ਰਹੀਆਂ ਮੇਰੀਆਂ ਕਮਲ ਹੁਣੀ ਮੇਰੇ ਨਾਲ ਸੰਗਤਾਰ ਜੀ ਉਦੋਂ ਤੋਂ ਅਸੀਂ ਇਕੱਠੇ ਹਾਂ ਸੋ ਜਿਹੜੀ ਸਾਂਝ ਆ ਉਹ ਵੱਡੀ ਤੋਂ ਵੱਡੀ ਹੁੰਦੀ ਗਈ ਸਾਡੀ ਸਾਂਝ ਅਤੇ ਪਰ ਜਿਹੜਾ ਹੁਣ ਉਹ ਸੀਐਮ ਬਣੇ ਆ ਉਹ ਸਾਡੇ ਕਲਾਕਾਰਾਂ ਦੇ ਨਹੀਂ ਬਣੇ ਸਾਰੇ ਪੰਜਾਬ ਦੇ ਬਣੇ ਆ ਸੋ ਹਰੇਕ ਮਸਲੇ ਉਹ ਜਿਹੜਾ ਪ੍ਰਾਇਓਰਟੀ ਤੇ ਮਸਲਾ ਕਿਹੜਾ ਆ ਉਸ ਮਸਲੇ ਨੂੰ ਲੈ ਕੇ ਉਹ ਚੱਲਣਗੇ ਤੇ ਕੋਈ ਨਹੀਂ ਫਿਰ ਕਲਾਕਾਰਾਂ ਦਾ ਵੀ ਐਂਡ 'ਚ ਆ ਜਾਊਗਾ ਪਰ ਜਿਹੜੇ ਪਹਿਲਾਂ ਵੱਡੇ ਮਸਲੇ ਆ ਉਹਨਾਂ ਨੂੰ ਹੱਲ ਕੀਤਾ ਜਾਊਗਾ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਦੋਂ ਨਾ ਮੈਂ ਗਾਉਣਾ ਸ਼ੁਰੂ ਕੀਤਾ ਅਤੇ ਉਸ ਵੇਲੇ ਮੈਂ ਆਪਣੀ ਮਾਤਾ ਜੀ ਨੂੰ 2 ਸਾਲ ਬਾਅਦ ਕਿਹਾ ਮੈਂ ਕਿਹਾ ਮਾਤਾ ਜੀ ਭਈ ਕੰਮ ਵੀ ਬੜਾ ਕਰੀਦਾ ਸ਼ੋਅ ਵੀ ਬੜੀ ਗਿਣਤੀ ਚਲਾਈਦੇ ਆ ਪਰ ਅਜੇ ਬਣਿਆ ਕੁਛ ਨਹੀਂ ਕੋਈ ਨਾ ਤਾਂ ਕੋਠੀ ਜਲੰਧਰ ਲੈ ਹੋਈ ਆ ਨਾ ਕੋਈ ਗੱਡੀ ਵਧੀਆ ਅਜੇ ਮਰੂਤੀ ਆ ਨਾ ਫਲਾਨਾ ਹੋਇਆ ਹਨਾ ਤੇ ਮੇਰੀ ਮਾਤਾ ਜੀ ਨੇ ਬਹੁਤ ਸਿਰ ਤੇ ਮੇਰੇ ਹੱਥ ਰੱਖ ਕੇ ਕਿਹਾ ਕਹਿੰਦੇ ਕਾਕਾ ਟੋਏ ਬਹੁਤ ਭਰਨ ਵਾਲੇ ਸੀ ਮੇਰੀ ਮਾਤਾ ਨੇ ਉਹ ਮੈਨੂੰ ਅੱਜ ਤੱਕ ਗੱਲ ਯਾਦ ਆ ਸੋ ਜਦੋਂ ਭਰਤੀ ਪਾਉਣ ਵਾਲੀ ਹੋਵੇ ਨਾ ਤੇ ਉਦੋਂ ਬਿਲਡਿੰਗ ਪਹਿਲਾਂ ਦਿਸਦੀ ਨਹੀਂ ਹੈਗੀ ਸੋ ਪਿਛਲੀਆਂ ਸਰਕਾਰਾਂ ਕਹਿ ਲਓ ਜਾਂ ਪਿਛਲੇ ਸਾਲ ਕਹਿ ਲਓ ਉਹਦੇ ਵਿੱਚ ਪੰਜਾਬ ਵਿੱਚ ਇੰਨੇ ਟੋਏ ਪੈ ਗਏ ਆ ਇੰਨਾ ਆਪਾਂ ਥੱਲੇ ਚਲੇ ਗਏ ਆ ਕਿ ਉਸ ਚੀਜ਼ ਨੂੰ ਭਰਨ ਲਈ ਵੀ ਸਮਾਂ ਲੱਗਣਾ
ਉੱਪਰ ਜਿਹੜੀ ਇਮਾਰਤ ਬਿਲਡਿੰਗ ਸਾਰੀ ਜੜੀਆਂ ਉਹ ਬਾਅਦ ਚ ਦਿਸਣੀ ਆ। ਪਹਿਲਾਂ ਟੋਏ ਭਰਨ ਨੂੰ ਸਮਾਂ ਦੇਣਾ ਤੇ ਮੇਰੀ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਉਹ ਸਮਾਂ ਭਗਵੰਤ ਮਾਨ ਜੀ ਤੇ ਉਹਨਾਂ ਦੀ ਟੀਮ ਨੂੰ ਜ਼ਰੂਰ ਦਿਓ ਤੇ ਪਰ ਤੁਹਾਨੂੰ ਦਿਸਦਾ ਇਸ ਗੱਲ ਦਾ ਜ਼ਰੂਰ ਉਹ ਅਹਿਸਾਸ ਕਰਾਉਂਦੇ ਰਹਿਣਗੇ ਕਿ ਆ ਹੁਣ ਅੱਜ ਕੱਲ੍ਹ ਫਲਾਨੇ ਪਲਾਟ 'ਚ ਭਰਤੀ ਪੈ ਰਹੀ ਹੈ ਹੁਣ ਅੱਜ ਕੱਲ੍ਹ ਫਲਾਨੇ 'ਚ ਪੈ ਰਹੀ ਹੈ। ਸੋ ਬਹੁਤ ਬਹੁਤ ਧੰਨਵਾਦ ਜੀ, ਤੁਹਾਨੂੰ ਮੁਬਾਰਕਾਂ।